ਅਜੀਤ ਬੈਬ ਤੇ ਤੁਹਾਡਾ ਸਵਾਗਤ ਹੈ। ਮੈਂ ਮਾਲਵਿੰਦਰ ਸਿੰਘ ਸਿੱਧੂ। ਲਗਾਤਾਰ ਜਿਹੜਾ ਕਿਸਾਨ ਅੰਦੋਲਨ ਦੀਆਂ ਟਿੱਕਰੀ ਬਾਰਡਰ ਤੋਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਹਾਂਗੇ ਅਸੀਂ। ਲਗਾਤਾਰ ਕਿਸਾਨ ਅੰਦੋਲਨ ਆ ਜਿਹੜਾ ਉਹ ਮਗਦਾ ਜਾ ਰਿਹਾ, ਭਖਦਾ ਜਾ ਰਿਹਾ ਹੈਗਾ। ਕਿਸਾਨ ਅੰਦੋਲਨ ਦੇ ਵਿੱਚ ਜਿੱਥੇ ਕਿਸਾਨ ਵੱਡੀ ਲੱਖਾਂ ਦੀ ਤਾਦਾਦ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਬੈਠੇ ਨੇਗੇ, ਉੱਥੇ ਇੱਥੇ ਜ਼ਰੂਰੀ ਵਸਤਾਂ ਨੇ ਜਿਹੜੀਆਂ, ਨਿੱਤ ਵਸਤਾਂ, ਨਿੱਤ ਲੋੜੀਂਦੀਆਂ ਵਸਤਾਂ, ਜਿਨ੍ਹਾਂ ਦੇ ਵਿੱਚ ਦੁੱਧ, ਚਾਹ ਪੱਤੀ, ਬਾਕੀ ਇਹ ਸੰਗਤ ਨੇ ਦੇਖੋ ਲੱਡੂਆਂ ਦਾ ਲੰਗਰ ਲਗਾਇਆ ਹੋਇਆ ਹੈਗਾ। ਲੱਡੂ ਵਰਤਾਏ ਜਾ ਰਹੇ ਨੇਗੇ ਸੰਗਤ ਨੂੰ ਤੜਾ ਤੜ। ਦੇਖੋ ਜਿੱਥੇ ਸੰਗਤ ਦੀ ਨਹੀਂ ਕਮੀ, ਉੱਥੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਦੀ ਵੀ ਕਮੀ ਨਹੀਂ ਹੈਗੀ। ਉਹ ਵੀ ਲਗਾਤਾਰ ਜਿਹੜੇ ਆਪਣੇ ਲਗਾਤਾਰ ਸੰਘਰਸ਼ ਦੇ ਨਾਲ ਜੁੜੇ ਹੋਏ ਨੇਗੇ। ਇੱਥੇ ਸਾਡੇ ਵਿਚਕਾਰ ਕੁਝ ਕਿਸਾਨ ਪਹੁੰਚੇ ਸੀਗੇ ਜਿਹੜੇ ਦੁੱਧ ਲੈ ਕੇ ਆਏ ਨੇਗੇ ਸੰਗਤ ਲਈ, ਜਿਹੜਾ ਲੰਗਰ ਇੱਥੇ ਲਗਾਇਆ ਜਾ ਰਿਹਾ, ਲੰਗਰ ਲਈ ਦੁੱਧ ਲੈ ਕੇ ਆਏ ਨੇ। ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹਾਂਗੇ। ਜਿਹੜੀਆਂ ਲੰਮੀਆਂ ਲਾਈਨਾਂ ਨੇਗੀਆਂ ਦੁੱਧ ਦੇ ਲਈ ਲੱਗ ਗਈਆਂ ਨੇਗੀਆਂ, ਅਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ। ਜਿਹੜੀ ਸੰਗਤ ਇਹ ਦੁੱਧ ਲੈ ਕੇ ਆਉਂਦੀ ਹੈਗੀ, ਉਹਨਾਂ ਨਾਲ ਤੁਹਾਡੀ ਗੱਲ ਕਰਵਾਉਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈਗਾ ਤੁਹਾਡਾ? ਰਾਜਵੀਰ ਸਿੰਘ। ਕਿਹੜੇ ਪਿੰਡ ਤੋਂ ਆਏ ਹੋਗੇ ਤੁਸੀਂ? ਡਿਸਟ੍ਰਿਕਟ ਮਾਨਸਾ, ਪੰਜਾਬ ਤੋਂ। ਇਹ 26 ਜਨਵਰੀ ਤੋਂ ਇੱਕ ਦਿਨ ਛੱਡ ਕੇ ਅੱਜ ਗੱਡੀ ਆਈ ਹੈ, ਕੱਲ੍ਹ ਨੂੰ ਗੱਡੀ ਵਾਪਸ ਜਾਊਗੀ। ਪੂਰੇ ਨਗਰ ਦੇ ਸਹਿਯੋਗ ਨਾਲ, ਡੰਡਿਆਂ ਵਾਲਾ ਪੀਰ ਹੈ ਸਾਡੇ ਪਿੰਡ ਦੇ ਵਿੱਚ, ਬਹੁਤ ਵੱਡੀ ਮੰਨਤ ਹੈ ਉਹਨਾਂ ਦੀ, ਕਮੇਟੀ ਬਣੀ ਹੋਈ ਹੈ, ਉਹਦੇ ਪ੍ਰਧਾਨ ਸਾਹਿਬ ਆਪ ਗੱਡੀ ਚਲਾ ਕੇ ਲਿਆਉਂਦੇ ਨੇ। ਕਿੰਨਾ ਦੁੱਧ ਲੈ ਕੇ ਪਹੁੰਚਦੇ? ਇਹਦੇ ਵਿੱਚ ਮੰਨ ਲਓ 15 ਕੁਇੰਟਲ ਦੁੱਧ ਹੁੰਦਾ ਜੀ। 15 ਕੁਇੰਟਲ ਦੁੱਧ ਇੱਥੇ ਧਰਨੇ ਦੇ ਵਿੱਚ ਤੁਸੀਂ ਲੈ ਕੇ ਪਹੁੰਚਦੇ ਹੋ, ਬੜਾ ਲੰਬਾ ਸਫ਼ਰ ਹੈਗਾ, ਦੁੱਧ ਖਰਾਬ ਹੋਣ ਦਾ ਜਾਂ ਵੈਸੇ ਕੋਈ ਡਰ ਇਸ ਤਰ੍ਹਾਂ ਤੱਕ? ਇਹੋ ਜੀ ਕੋਈ ਦਿੱਕਤ ਨਹੀਂ ਆਈ, ਬਾਕੀ ਬਰਫ਼ ਯੂਜ ਕਰ ਲੈਂਦੇ ਹਾਂ, ਵੀ ਦੁੱਧ ਖਰਾਬ ਹੋਣ ਵਾਲੀ ਕੋਈ ਸਮੱਸਿਆ ਅਜੇ ਤੱਕ? ਤੁਸੀਂ ਤੁਹਾਨੂੰ ਦਿਖਾਇਆ, ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਧਰ ਵੀ ਜਿਹੜੀਆਂ ਲਾਈਵ ਤਸਵੀਰਾਂ ਨੇਗੀਆਂ ਉਹ ਦਿਖਾਓ, ਕਿਸਾਨਾਂ ਦੀਆਂ ਜਿਹੜੀਆਂ ਲੰਬੀਆਂ ਲਾਈਨਾਂ ਨੇਗੀਆਂ ਦੁੱਧ ਲਈ ਲੱਗੀਆਂ ਨੇਗੀਆਂ, ਕਿਉਂਕਿ ਇਹ ਨਿੱਤ ਵਰਤੋਂ ਦੀ ਜਿਹੜੀ ਜ਼ਰੂਰਤ ਦੀ ਚੀਜ਼ ਹੈਗੀ। ਕਿਸਾਨ ਆਪਣੀ ਲੋੜ ਮੁਤਾਬਕ ਆਪਣੇ ਟੈਂਟਾਂ ਲਈ ਇੱਥੋਂ ਦੁੱਧ ਲੈ ਕੇ ਜਾ ਰਹੇ ਨੇਗੇ। ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਸਰਪੰਚ ਸਾਹਿਬ ਨਾਲ। ਅੱਗੇ ਤੋਂ ਤੁਹਾਡਾ ਕੀ ਪਲਾਨ ਹੈਗਾ ਕਿ ਦੁੱਧ ਲੈ ਕੇ ਆਉਣ ਦਾ ਜਾਂ ਹੋਰ ਜਿਹੜੀਆਂ ਵਸਤਾਂ ਇੱਥੇ ਲੈ ਕੇ ਪਹੁੰਚਦੇ ਹੋ? ਇਸੇ ਤਰ੍ਹਾਂ ਚੱਲਦਾ ਰਹੂਗਾ ਜਿਹੜਾ ਸਾਡਾ ਦੁੱਧ ਦਾ ਉਪਰਾਲਾ ਹੈ, ਵੀ ਜਿੰਨਾ ਵੀ ਹੋ ਸਕਿਆ ਸੀ। ਨੇੜੇ ਤੇੜੇ ਪਿੰਡਾਂ ਦੇ ਵਿੱਚ ਵੀ ਲੋਸਮੈਂਟਾਂ ਹੋ ਰਹੀਆਂ ਨੇ, ਕਾਫੀ ਪਿੰਡਾਂ ਦੇ ਵਿੱਚੋਂ ਜਿਹੜਾ ਦੁੱਧ ਹੈ ਆ ਰਿਹਾ ਹੈ, ਦਿਨ ਤੇ ਦਿਨ ਇਸੇ ਤਰ੍ਹਾਂ ਹੀ ਚੱਲਦਾ ਰਹੂ। ਸੋ ਸਾਡੇ ਨਾਲ ਇੱਕ ਕਿਸਾਨ ਹੈਗੇ ਨੇ, ਆਪਾਂ ਕਿਸਾਨ ਨਾਲ ਗੱਲ ਕਰਾਂਗੇ ਜਿਹੜੇ ਕਿਸਾਨ ਵੀਰ ਇੱਥੋਂ ਦੁੱਧ ਲੈ ਕੇ ਗਏ ਨੇਗੇ, ਕਿਉਂਕਿ ਇਹਨਾਂ ਵਸਤਾਂ ਮੇ ਨਾ ਲਗਾਤਾਰ ਜਿਹੜੇ ਲੰਗਰ ਨੇ ਉਹ ਨਹੀਂ ਚੱਲਦੇ ਹੈਗੇ। ਇੱਥੇ ਕਿਸਾਨ ਵੀਰ ਦੁੱਧ ਲੈ ਕੇ ਆਏ ਨੇ, ਉਹਨਾਂ ਨਾਲ ਗੱਲ ਕਰ ਦਿਆਂਗੇ। ਜਿਹੜੇ ਦੁੱਧ ਲੈ ਕੇ ਪਹੁੰਚੇ ਨੇ ਦਾਨੀ ਵੀਰ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਆਪਣਾ ਬਹੁਤ ਵਧੀਆ ਜੀ, ਬਹੁਤ ਵਧੀਆ ਦੁੱਧ ਮਿਲਦਾ ਸਾਨੂੰ ਜੀ, ਵਧੀਆ ਦੁੱਧ ਮਿਲਦਾ ਜੀ। ਕਿਸੇ ਤਰ੍ਹਾਂ ਦੀ ਕੋਈ ਚਾਹ ਪਾਣੀ ਲਈ ਜਾਵੇ ਇੱਥੇ ਕੋਈ ਦਿੱਕਤ ਤਾਂ ਨਹੀਂ ਹੈਗੀ? ਕਾਸ ਵੀ ਦਿੱਕਤ ਨਹੀਂ, ਸਾਰਾ ਉਸ ਲੰਗਰ ਵਾਧੂ ਹੈ ਸਾਡੇ ਲਈ। ਸਾਡੇ ਨਾਲ ਹੋਰ ਵੀ ਕਿਸਾਨ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਹੁਤ ਵਧੀਆ ਲੰਗਰ ਚੱਲ ਰਿਹਾ ਜੀ, ਪਰਮਾਤਮਾ ਦੀ ਕਿਰਮਾ ਤਾਂ ਨਾਲ ਕਿਸਮਤ ਨਾਲ ਐਣ ਜਮਾਂ ਮੌਜਾਂ ਨੇਗੀਆਂ, ਰੱਦ ਕਰਵਾ ਕੇ ਛੱਡਾਂ ਕਾਨੂੰਨ, ਉਹਨਾਂ ਤੱਕ ਜਾਂਦੇ ਨਹੀਂ ਹੈਗੇ ਇੱਥੋਂ। ਸੋ ਜਿਸ ਤਰ੍ਹਾਂ ਇਹ ਅੰਦੋਲਨ ਹੈ ਜਿਹੜਾ ਲੰਬਾ ਚੱਲਦਾ ਜਾਂਦਾ ਹੈਗਾ, ਤੁਸੀਂ ਤੁਹਾਡੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇਗੀਆਂ, ਕਿੰਨਾ ਕੁ ਸਮਾਂ ਇੱਥੇ ਬੈਠੇ ਰਹੋਗੇ? ਸਾਡੇ ਆਪਣੇ 3 ਕਾਨੂੰਨ ਜਦ ਤੱਕ ਵਾਪਸ ਨਹੀਂ ਹੁੰਦੇ ਜੀ, ਇੱਥੇ ਬੈਠੇ ਰਹਾਂਗੇ ਜੀ। ਸੋ ਸਾਡੇ ਵਿਚਕਾਰ ਜਿਹੜੇ ਇਹ ਕਿਸਾਨ ਵੀਰ ਪਹੁੰਚੇ ਸੀਗੇ ਦੁੱਧ ਦੇਣ ਵਾਲੇ, ਜਿਹੜੇ ਸੱਜਣ ਨੇ ਕੂਲਰੀਆਂ ਪਿੰਡ ਤੋਂ, ਉਹ ਪਹੁੰਚੇ ਨੇਗੇ। ਉਹਨਾਂ ਨੇ ਦੱਸਿਆ ਹੈਗਾ ਵੀ ਹਰ ਦੂਜੇ ਦਿਨ ਅਸੀਂ ਇੱਥੇ ਗੱਡੀ ਲੈ ਕੇ ਕੁਇੰਟਲਾਂ ਦੇ ਲਿਹਾਜ਼ ਨਾਲ ਦੁੱਧ ਲੈ ਕੇ ਪਹੁੰਚਦੇ ਨੇ, ਅਤੇ ਕਿਸਾਨਾਂ ਨੂੰ ਦੁੱਧ ਇੱਥੇ ਵਰਤਾਇਆ ਜਾਂਦਾ ਹੈਗਾ। ਆਪਣੀ ਲੋੜ ਮੁਤਾਬਕ ਕਿਸਾਨ ਆਪਣੇ ਟੈਂਟਾਂ ਲਈ, ਆਪਣੇ ਲੰਗਰਾਂ ਲਈ ਦੁੱਧ ਲੈ ਕੇ ਜਾਂਦੇ ਨੇ। ਮਾਲਵਿੰਦਰ ਸਿੰਘ ਸਿੱਧੂ, ਟਿੱਕਰੀ ਬਾਰਡਰ, ਨਵੀਂ ਦਿੱਲੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।